ਵੀਰੋ ਮਰਨਾ ਪ੍ਰਵਾਨ ਕਰ ਲਿਓ ਨਾ ਇਹਨਾਂ ਦਾ ਲੂਣ ਖਾਇਓ ਕੱਲ ਇਹ ਗੱਲ ਚੰਗੀ ਲੱਗੀ ਵੀ ਚਾਏ ਪੀਜੀਏ ਉਹ ਕਹਿੰਦੇ ਆ ਉਧਰ ਬਾਰਡਰ ਤੇ ਤੈਨੂੰ ਖੀਰ ਖਵਾਉਣੇ ਆ ਆ ਜਾ ਉਥੇ ਖੀਰ ਖਵਾਉਣੇ ਤੈਨੂੰ ਜਨਤਾ ਹੱਕਾਂ ਲਈ ਆਈ ਆ ਤੇ ਜਲਿਆਂ ਵਾਲਾ ਬਾਗ ਬਣਾਉਣਾ ਚਾਹੁੰਦੇ ਜਿੱਦਾਂ ਬਰਾੜੀ ਨੂੰ ਵਿਚਾਰੇ ਪਾਸਿਓਂ ਘੇਰ ਲਓ ਮੰਦੀ ਨੀਅਤ ਰੱਖ ਕੇ ਤੇ ਵੀਰੋ ਦੱਸੋ ਫਿਰ ਤੇ ਫਿਰ ਊਧਮ ਸਿੰਘ ਜੰਮਣਗੇ ਨਹੀਂ ਕੇਂਦਰ ਸਰਕਾਰ ਮੰਨੂਗੀ ਮਨਾ ਕੇ ਛੱਡਣਗੇ ਇਹ ਮਹਾਰਾਜ ਦੀਆਂ ਮਿਹਰਾਂ ਵਾਲੇ ਨੇ ਉਹ ਜਿਹੜਾ ਧੌਣ ਚਕੀਲਾ ਅੜਿਆ ਸੀ ਨਾ ਉਹ ਕੱਢ ਦਿੱਤਾ ਵਾ ਇਹਨਾਂ ਨੇ ਗੁਰੂ ਕੇ ਲਾਲਾਂ ਨੇ ਨਾ ਤੀਰਾਂ ਨਾ ਤਲਵਾਰਾਂ ਤੋਂ ਇਹ ਕਾਮਡਰ ਦੇ ਗਦਾਰਾਂ ਤੋਂ ਗਦਾਰੀ ਪਰ ਯਾਦ ਰੱਖਣ ਜਿਹਨੇ ਗਦਾਰੀ ਕੀਤੀ ਨਾ ਬਹੁਤ ਮਹਿੰਗੀ ਪੈਣੀ ਹੈ ਅਸੀਂ ਬਾਦੀ ਕਰਦੇ ਨਹੀਂ ਤੇ ਜੇ ਕੋਈ ਬਾਦੀ ਕਰਦਾ ਵੇ ਜਰਦੇ ਨਹੀਂ ਓਏ ਨਹੀਂ ਜਰੀ ਅੱਜ ਤੇ ਨਹੀਂ ਜਰੀ ਤੇ ਨਾ ਜਰੀ ਜਾਣੀ ਆ ਓਏ ਇਹਨਾਂ ਨੂੰ ਕੋਈ ਪ੍ਰੇਮ ਨਾ ਬੁਲਾ ਲੈ ਨਾ ਪ੍ਰੇਮ ਨਾ ਇਹ ਉਹਦੇ ਹੀ ਹੋ ਜਾਂਦੇ ਆ ਸਾਰਾ ਕੁਝ ਉਹਨੂੰ ਦੇਣ ਲਈ ਤਿਆਰ ਹੋ ਜਾਂਦੇ ਆ ਪ੍ਰੇਮ ਨਾ ਤੇ ਜੇ ਅੜੀ ਕਰੇ ਤੇ ਫੇ ਅੜੀ ਭੰਨਣੀ ਵੀ ਇਹਨਾਂ ਨੂੰ ਹੀ ਆਉਂਦੀ ਆ ਓਏ ਇਨਕਾ ਇਤਨਾ ਬੜਾ ਦਿਲ ਹੈ ਨਾ ਜੇ ਤੁਹਾਡੇ ਨਾਮ ਕੇ ਨਾਰੇ ਲਗਾਣੇ ਸ਼ੁਰੂ ਕਰ ਦੇਗੇ ਅਗਰ ਝੁਕ ਕੇ ਆ ਜਾਓਗੇ ਝੁਕਣਾ ਪੜੇਗਾ ਝੁਕਣਾ ਮਰਦ ਕੀ ਇਨਸਾਨ ਕੀ ਇਹ ਪਹਿਚਾਨ ਹੋਤੀ ਹੈ ਅਕੜਨਾ ਅਕੜ ਕੇ ਬੈਠਣਾ ਤੋ ਮੁਰਦੋਂ ਕੀ ਪਹਿਚਾਨ ਹੋਤੀ ਹੈ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਇੱਥੇ ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਜਿਵੇਂ ਕਿ ਲਗਾਤਾਰ ਸਾਰਾ ਪੰਜਾਬ ਆਇਆ ਹੋਇਆ ਇੱਥੇ ਤਰਸੇਮ ਸਿੰਘ ਮੋਰਾਂ ਵਾਲੀ ਵੀ ਇੱਥੇ ਸੰਘਰਸ਼ ਦੇ ਵਿੱਚ ਆਏ ਆ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਦੇਖਦੇ ਹੋ ਜੀ ਇਹ ਸੰਘਰਸ਼ ਕੀ ਕੇਂਦਰ ਸਰਕਾਰ ਮੰਨੂਗੀ ਵੀਰੋ ਮਨਾ ਕੇ ਛੱਡਣਗੇ ਇਹ ਮਹਾਰਾਜ ਦੀਆਂ ਮਿਹਰਾਂ ਵਾਲੇ ਨੇ ਔਰ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਬਹੁਤ ਤਕੜੇ ਹੋ ਕੇ ਜਿੱਥੋਂ ਤਾਈਂ ਸੰਘਰਸ਼ ਨੂੰ ਲੈ ਆਏ ਨੇ ਨਾ ਵੀਰ ਸਾਰੇ ਸਭ ਨੇ ਯੋਗਦਾਨ ਪਾਇਆ ਚਲੋ ਹੁਣ ਨਾ ਕਿਸਾਨ ਯੂਨੀਅਨ ਸਾਡੇ ਨੌਜਵਾਨ ਲੀਡਰ ਸਭ ਨੇ ਯੋਗਦਾਨ ਪਾਇਆ ਪਰ ਹੁਣ ਇੱਕ ਬੇਨਤੀ ਆ ਕੋਈ ਐਸਾ ਨਾ ਕੁਝ ਹੋ ਜਾਏ ਡਰ ਹਰ ਇੱਕ ਨੂੰ ਲੱਗਦਾ ਉਹ ਇਸ ਕਰਕੇ ਲੱਗਦਾ ਕੋਈ ਐਸਾ ਨਾ ਸਰਕਾਰ ਕਰੇ ਕਰਾਵੇ ਉਹ ਸਰਕਾਰਾਂ ਕਰਦੀਆਂ ਕਰਾਉਂਦੀਆਂ ਪਰ ਆਪਣੇ ਵੱਲੋਂ ਕੋਈ ਐਸਾ ਨਾ ਕੋਈ ਕਰੇ ਜਿਹਦੇ ਕਰਕੇ ਬਾਜ਼ੀਆਂ ਜਿੱਤੀਆਂ ਹਰ ਜਾਈਏ ਹੁਣ ਜਿੱਤੇ ਹੋਏ ਆ ਜਿੱਤੇ ਦੇਖੋ ਵੀਰੋ ਉਹ ਪਹਿਲਾਂ ਤੇ ਗੱਲ ਕਰਨ ਨੂੰ ਹੀ ਤਿਆਰ ਨਹੀਂ ਸੀ ਅੱਜ ਪੰਜਾਬ ਦੇ ਸੀਐਮ ਨਾਲ ਵੀ ਗੱਲਾਂ ਕਰਦੇ ਆ ਅੱਜ ਸਾਡੇ ਕਿਸਾਨ ਭਰਾਵਾਂ ਨਾਲ ਵੀ ਗੱਲਾਂ ਕਰਦੇ ਆ ਤੇ ਇਹਦਾ ਮਤਲਬ ਕੁਝ ਨਾ ਕੁਝ ਤੇ ਹੋ ਗਿਆ ਨਾ ਉਹ ਜਿਹੜਾ ਧੌਣ ਚਕੀਲਾ ਅੜਿਆ ਸੀ ਨਾ ਉਹ ਕੱਢ ਦਿੱਤਾ ਵਾ ਇਹਨਾਂ ਨੇ ਗੁਰੂ ਕੇ ਲਾਲਾਂ ਨੇ ਬਿਲਕੁਲ ਇੱਕ ਹੋਰ ਬੜੀ ਵਧੀਆ ਗੱਲ ਹੈ ਜੀ ਜਿਵੇਂ ਕਾਨੂੰਨ ਹੈ ਤਾਂ ਮਾੜੇ ਪਰ ਇੱਕ ਬਹੁਤੇ ਲੋਕ ਇਹ ਵੀ ਕਹਿ ਰਹੇ ਆ ਸਾਡੇ ਲਈ ਇਹ ਚੰਗਾ ਸੀ ਸਾਰੇ ਇਕੱਠੇ ਹੋ ਗਏ ਹਾਂ ਇਹ ਗੱਲੋਂ ਇਹਨਾਂ ਦਾ ਧੰਨਵਾਦ ਚਲੋ ਕਰ ਦਿੰਦੇ ਹਾਂ ਵੀ ਨਹੀਂ ਸੁੱਤਿਆਂ ਨੂੰ ਜਗਾ ਤਾ ਸਾਨੂੰ ਸੁੱਤੇ ਸੀ ਬਹੁਤ ਧੰਨਵਾਦ ਇਹ ਆਪਣੇ ਜਿੱਤੋਂ ਇਹਨਾਂ ਨੂੰ ਅਸੀਂ ਕਿਹੜਾ ਮੇਰੇ ਮੋਹਰੇ ਬੋਲਦਾ ਇਹਨੂੰ ਇਹ ਨਹੀਂ ਪਤਾ ਲੰਡਨ ਵਿੱਚ ਭਾਈ ਊਧਮ ਸਿੰਘ ਸਾਡਾ ਪਹੁੰਚਿਆ ਕਿਉਂ ਪਹੁੰਚਿਆ ਹੁਣ ਕੀ ਇੱਥੇ ਇਤਰਾਜ਼ ਕਰਦੇ ਵੀ ਇੱਦਾਂ ਕਿਉਂ ਕਹਿੰਦੇ ਹੋ ਊਧਮ ਸਿੰਘ ਕਿਉਂ ਗਿਆ ਜਲਿਆਂ ਵਾਲਾ ਬਾਗ ਉਹ ਆ ਉਹਦੇ ਪਿੱਛੇ ਜਲਿਆਂ ਵਾਲੇ ਬਾਗ 'ਚ ਉਹਨੇ ਕੀ ਕੀਤਾ ਸੀ ਹੁਣ ਜਨਤਾ ਹੱਕਾਂ ਲਈ ਆਈ ਆ ਤੇ ਜਲਿਆਂ ਵਾਲਾ ਬਾਗ ਬਣਾਉਣਾ ਚਾਹੁੰਦੇ ਜਿੱਦਾਂ ਬਰਾੜੀ ਨੂੰ ਵਿਚਾਰੇ ਪਾਸਿਓਂ ਘੇਰ ਲਓ ਮੰਦੀ ਨੀਅਤ ਰੱਖ ਕੇ ਤੇ ਵੀਰੋ ਦੱਸੋ ਫਿਰ ਤੇ ਫਿਰ ਊਧਮ ਸਿੰਘ ਜੰਮਣਗੇ ਨਹੀਂ ਜੇ ਤੁਸੀਂ ਜ਼ੁਲਮ ਕਰੋਗੇ ਉਹ ਕਦੇ ਬਣੇ ਇਤਿਹਾਸ ਨਹੀਂ ਇਸ ਗੱਲੇ ਕਿ ਕਿਹਨੇ ਰਾਜਿਆਂ ਦੇ ਬਹੁਤੇ ਪੂਰਜ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਕੌਮ ਨੂੰ ਬਹੁਤੇ ਮਨਸੂਰ ਨੇ ਸਾਰੇ ਤੁਸੀਂ ਵੇਖਦੇ ਆਏ ਹੋ ਮੈਂ ਸੱਚੀ ਦੱਸਾਂ ਮੇਰੀਆਂ ਧਾਹਾਂ ਨਿਕਲ ਗਈਆਂ ਜਦੋਂ ਵੀਰ ਨਾ ਵੱਡੇ ਵੱਡੇ ਪੱਥਰ ਧੂ ਕੇ ਲੈ ਗਏ ਔਰ ਮੈਨੂੰ ਲੱਗਾ ਬਾਬਾ ਬਘੇਲ ਸਿੰਘ ਓਏ ਗੁਰੂ ਕੇ ਯੋਧੇ ਉਹ ਸ਼ਹੀਦ ਸਿੰਘ ਇਹਨਾਂ ਦੇ ਵਿੱਚ ਵੜ ਗਏ ਆ ਇਹ ਉਹੀ ਬਣ ਗਏ ਆ ਹੁਣ ਅਰੇ ਨਹੀਂ ਬਣ ਕੇ ਵਿਖਾਤਾ ਰਹਿ ਗਈ ਗੱਲ
ਦੇਖੋ ਕਹਿੰਦੇ ਸਿੱਖੀ ਖਤਮ ਹੋ ਗਈ ਹਾਏ ਓਏ ਪਤਤ ਪੁਣਾ ਬਾਹਰੋਂ ਅੰਦਰੋਂ ਗੁਰੂ ਨਾਨਕ ਦੇ ਸਿੱਖ ਦੇ ਅੰਦਰੋਂ ਸਿੱਖੀ ਜਾ ਹੀ ਨਹੀਂ ਸਕਦੀ ਇਹ ਖੂਨ ਚ ਆਉਂਦਾ ਵੇਖ ਖੂਨ ਚੋਂ ਬਿਮਾਰੀਆਂ ਵੀ ਆਉਂਦੀਆਂ ਨਾ ਉਹ ਕਹਿੰਦੇ ਕੀ ਕਹਿੰਦੇ ਡਿਜ਼ੀਜ਼ ਕੀ ਹੁੰਦਾ ਨਾ ਉਹ ਵੀ ਉਹ ਆ ਗਿਆ ਤੇ ਉਹ ਬੁੜੇ ਜੋ ਛਕਦੇ ਛਕਾਉਂਦੇ ਆ ਉਹ ਕਈ ਵਾਰੀ ਕਹਿੰਦੇ ਇਹ ਕਿਉਂ ਕਰਦਾ ਕਹਿੰਦੇ ਬਾਪੂ ਵੀ ਛਕਦਾ ਛਕਾਉਂਦਾ ਸੀ ਇਹ ਚੱਲਦਾ ਨਾ ਕੰਮ ਤੇ ਏਦਾਂ ਹੀ ਵੀਰੋ ਚੇਤੇ ਰੱਖਿਓ ਖੂਨ ਦੇ ਵਿੱਚ ਸਾਡੇ ਗੈਰਤ ਆ ਤੇ ਬਾਜਾਂ ਵਾਲੇ ਨੇ ਜਦੋਂ ਸਿਰ ਕੱਟੇ ਨਾ ਤੇ ਉਹਨੇ ਆਪਣੇ ਆਪਣੇ ਲਹੂ ਨੂੰ ਉਹਨਾਂ ਦੇ ਵਿੱਚ ਪਾਇਆ ਤੇ ਕਲਗੀਧਰ ਸਤਿਗੁਰੂ ਦਾ ਵਗਦਾ ਖੂਨ ਰਗਾਂ ਕਦੇ ਖਤਮ ਨਹੀਂ ਹੋ ਸਕਦੀ ਬਰਕਤ ਕਦੇ ਨਹੀਂ ਖਤਮ ਤੁਸੀਂ ਇਹ ਵੀ ਦੇਖੋ ਜੀ ਜਦੋਂ ਤੋਂ ਸੰਘਰਸ਼ ਸ਼ੁਰੂ ਹੋਇਆਗਾ ਮਲੇਰਕੋਟਲੇ ਤੋਂ ਆਪਣੇ ਮੁਸਲਮਾਨ ਭਰਾ ਵੀ ਲਗਾਤਾਰ ਇੱਥੇ ਮੁਸਲਮਾਨ ਭਰਾ ਵੀ ਆਇਆ ਮਲੇਰਕੋਟਲੇ ਤੋਂ ਲਗਾਤਾਰ ਲੰਗਰ ਪ੍ਰਸ਼ਾਦੇ ਨਹੀਂ ਦੇਖੋ ਵੀਰ ਜੀ ਇੱਕ ਸੁਣੋ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਉਹ ਸਭ ਸਾਡੇ ਨੇ ਨਾ ਹਿੰਦੂ ਨਾਮ ਨਾ ਮੁਸਲਮ ਨਾ ਕੋਈ ਵੈਰ ਨਹੀਂ ਸਭ ਸਾਡੇ ਨੇ ਕੋਈ ਗੈਰ ਨਹੀਂ ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਅਸੀਂ ਔਖੇ ਹਾਂ ਸਰਕਾਰਾਂ ਤੇ ਦੂਜੀ ਗੱਲ ਉਹ ਹਾਲੇ ਕਹਿਣ ਨੂੰ ਮਨ ਨਹੀਂ ਕਰਦਾ ਤੇ ਨਾ ਹੋਵੇ ਨਾ ਤੀਰਾਂ ਨਾ ਤਲਵਾਰਾਂ ਤੋਂ ਇਹ ਕੌਮਡਰ ਗਦਾਰਾਂ ਤੋਂ ਗਦਾਰੀ ਪਰ ਯਾਦ ਰੱਖਣ ਜਿਹਨੇ ਗਦਾਰੀ ਕੀਤੀ ਨਾ ਬਹੁਤ ਮਹਿੰਗੀ ਪੈਣੀ ਨਾ ਕਰਿਓ ਓਏ ਨਾ ਕਰਿਓ ਕੋਈ ਵੀਰੋ ਮਰਨਾ ਪ੍ਰਵਾਨ ਕਰ ਲਿਓ ਨਾ ਇਹਨਾਂ ਦਾ ਲੂਣ ਖਾਇਓ ਕੱਲ ਇਹ ਗੱਲ ਚੰਗੀ ਲੱਗੀ ਵੀ ਚਾਏ ਪੀ ਜੀਏ ਉਹ ਕਹਿੰਦੇ ਆ ਉੱਧਰ ਬਾਰਡਰ ਤੇ ਤੈਨੂੰ ਖੀਰ ਖਵਾਉਂਦੇ ਆ ਜਾ ਉੱਥੇ ਖੀਰ ਖਵਾਉਂਦੇ ਤੈਨੂੰ ਇਹ ਇੱਦਾਂ ਹੀ ਰੱਖਣਾ ਚੜ੍ਹਦੀ ਕਲਾ ਦਾ ਜਜ਼ਬਾ ਰੱਖਣਾ ਤੇ ਪਿਆਰ ਕਰਨਾ ਇੰਨਾ ਪਿਆਰ ਕਰਿਓ ਲੋਕਲ ਸੰਗਤਾਂ ਨੂੰ ਕਿ ਵੀਰੋ ਉਹ ਕਹਿਣ ਵੀ ਫਰਿਸ਼ਤੇ ਆ ਯਾਰ ਲੋਕਾਂ ਨਾਲ ਗੱਲ ਕਰਦੇ ਆ ਜੀ ਉਹ ਇਹੀ ਕਹਿੰਦੇ ਆ ਕਹਿੰਦੇ ਇੱਥੇ ਤਾਂ ਸਾਨੂੰ ਘਰੇ ਰੋਟੀ ਬਣਾਉਣ ਦੀ ਲੋੜ ਨਹੀਂ ਅਸੀਂ ਇੱਥੇ ਹੀ ਪ੍ਰਸ਼ਾਦੇ ਛਕਦੇ ਮੈਂ ਵੇਖਦਾ ਆ ਮੈਂ ਪੁੱਛਿਆ ਕਹਿੰਦੇ ਜਾਂ ਤੁਮ ਮੇਲਾ ਕੁੰਭ ਦਾ ਮੇਲਾ ਬਾਰੀ ਸਾਲੀ ਇੱਥੇ ਰੋਜ਼ ਹੀ ਕੁੰਭ ਇੱਥੇ ਤੇ ਨਿੱਤ ਦਿਵਾਲੀ ਸਾਧ ਦੀ ਅੱਠੇ ਪੈਰ ਬਸੰਤ ਮਨਮੁਖ ਧੱਕੇ ਖਾਣਗੇ ਮੌਜਾਂ ਲੈਣਗੇ ਜਿਹੜੇ ਸੰਤ ਸੰਤ ਮਤਲਬ ਜਿਹੜੇ ਸੱਤ ਨਾਲ ਜੁੜੇ ਇਹ ਸੱਤ ਨਾਲ ਜੁੜਿਆ ਕਿਸਾਨ ਤੋਂ ਵੱਡਾ ਸੱਤ ਨਾਲ ਕਿਹੜਾ ਜੁੜਿਆ ਜਿਹੜਾ ਖੇਤ ਦੇ ਵਿੱਚ ਕਿਰਤ ਕਰਦਾ ਨਾਮ ਜਪਦਾ ਤੇ ਵੰਡ ਕੇ ਛਕਦਾ ਔਰ ਇੱਕ ਹੋਰ ਜਿਹੜੇ ਕਹਿੰਦੇ ਆ ਉਹ ਨਹੀਂ ਆਏ ਉਹ ਨਹੀਂ ਆ ਸਾਰੇ ਹੀ ਆਏ ਆ ਨਿਹੰਗ ਸਿੰਘ ਵੀ ਆਏ ਆ ਕਾਰ ਸੇਵਾ ਵਾਲੇ ਵੀ ਆਏ ਆ ਸਾਰੇ ਆਏ ਲੰਗਰ ਲਾਇਆ ਤੇ ਇੱਦਾਂ ਇਹ ਵੀ ਕਿਉਂਕਿ ਸੰਘਰਸ਼ ਜਿਹੜੇ ਹੁੰਦੇ ਨਾ ਉਹ ਕਿਸੇ ਰਣਨੀਤੀ ਤਹਿਤ ਹੁੰਦੇ ਆ ਪਰ ਮੇਰੇ ਪਿੰਡੋਂ ਨੌਜਵਾਨ ਸੰਨੀ ਸਿੰਘ ਸਾਡਾ ਮੇਰਾ ਭਤੀਜਾ ਉਹ ਪਹਿਲੇ ਦਿਨ ਦਾ ਆਇਆ ਹੋਇਆ ਤੇ ਇੰਨਾ ਉਹਨੂੰ ਅੱਜ ਹੋਰ ਚਾਅ ਚੜ੍ਹ ਗਿਆ ਜਦੋਂ ਅਸੀਂ ਮੋਹਰਾਂ ਵਾਲੀ ਤੋਂ ਬੇਅੰਤ ਆ ਗਏ ਉਹ ਕਦੇ ਰਾਜੇ ਨੂੰ ਭੱਜ ਭੱਜ ਮਿਲਦਾ ਕਦੇ ਪਰਮਵੀਰ ਨੂੰ ਉਹਦਾ ਕਾਰਨ ਕੀ ਆ ਉਹਨੂੰ ਆਪਣਾਪਣ ਤੇ ਆਪਣਾਪਣ ਹੁੰਦਾ ਪਰ ਮੈਂ ਸੱਚ ਦੱਸਾਂ ਮੈਂ ਉੱਥੋਂ ਜ਼ਰੂਰ ਮੋਹਰਾਂ ਵਾਲੀਆਂ ਉਤਰਿਆ ਪਰ ਮੈਨੂੰ ਇੱਥੇ ਸਾਰੇ ਮੋਹਰਾਂ ਵਾਲੀਏ ਲੱਗਦੇ ਮੈਨੂੰ ਇੱਥੇ ਸਾਰੇ ਮੇਰੇ ਆ ਇਹ ਯਾਰ ਇਹ ਕਲਗੀਆਂ ਵਾਲੇ ਦੀਆਂ ਮੇਰਾ ਇਹ ਜਿਹੜੀ ਗੈਰਤ ਆ ਨਾ ਇਹ ਜਿਹੜੀ ਮੁਹੱਬਤ ਆ ਇਹ ਨਹੀਂ ਖਤਮ ਹੋ ਸਕਦੀ ਅਸੀਂ ਵਾਧੀ ਕਰਦੇ ਨਹੀਂ ਤੇ ਜੇ ਕੋਈ ਵਾਧੀ ਕਰਦਾ ਵੇ ਜਰਦੇ ਨਹੀਂ ਓਏ ਨਹੀਂ ਜਰੀ ਅੱਜ ਤਾਈ ਨਹੀਂ ਜਰੀ ਤੇ ਨਾ ਜਰੀ ਜਾਣੀ ਆ ਇਹ ਪਤਾ ਇਹਨਾਂ ਨੂੰ ਇਹ ਬਥੇਰਾ ਘੁੰਮਿਆ ਮੋਦੀ ਵੀ ਘੁੰਮਦਾ ਰਿਹਾ ਪੰਜਾਬ 'ਚ ਇਹਨੂੰ ਪਤਾ ਵੀ ਕਿਹੋ ਜਿਹੀ ਤਬੀਅਤ ਦੇ ਮਾਲਕ ਆਏ ਉਹ ਇਹਨਾਂ ਨੂੰ ਕੋਈ ਪ੍ਰੇਮ ਨਾ ਬੁਲਾ ਲੈ ਨਾ ਪ੍ਰੇਮ ਨਾ ਇਹ ਉਹਦਾ ਹੀ ਹੋ ਜਾਂਦੇ ਆ ਸਾਰਾ ਕੁਝ ਉਹਨੂੰ ਦੇਣ ਲਈ ਤਿਆਰ ਹੋ ਜਾਂਦੇ ਆ ਪ੍ਰੇਮ ਨਾ ਤੇ ਜੇ ਅੜੀ ਕਰੇ ਤੇ ਫਿਰ ਅੜੀ ਭੁੰਨਣੀ ਵੀ ਇਹਨਾਂ ਨੂੰ ਹੀ ਆਉਂਦੀ ਆ ਇੱਕ ਆਖਰੀ ਮੈਂ ਗੱਲ ਪੁੱਛਦਾ ਤੁਹਾਡੇ ਤੋਂ ਕਿ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਮੋਦੀ ਆਪਣੀ ਇਹ ਵੀਡੀਓ ਸੁਣਦਾ ਹੋਵੇ ਤਾਂ ਤੁਸੀਂ ਮੋਦੀ ਜੀ ਨੂੰ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਕੇਂਦਰ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੋਦੀ ਜੀ ਆ ਜਿਹੜਾ ਮੂੰਹ ਹੁੰਦਾ ਨਾ ਮੁਖੜਾ ਹੁੰਦਾ ਹੈ ਆਪਕੋ ਪੰਜਾਬੀ ਆਤੀ ਹੈ ਹਮੇ ਮਾਲੂਮ ਹੈ ਪਰ ਤੇਰੀ ਹਿੰਦੀ ਜੀ ਕਹਿੰਦੇ ਆ ਜੋ ਆਪਕਾ ਫੇਸ ਹੁੰਦਾ ਹੈ ਨਾ ਉਹ ਸ਼ੀਸ਼ੇ ਕੀ ਤਰ੍ਹਾਂ ਹੁੰਦਾ ਹੈ ਬਤਾਤਾ ਹੈ ਆਪਨੇ ਫੇਸ ਬਣਾਇਆ ਸ਼੍ਰੀ ਰਾਮ ਭਗਵਾਨ ਕਾ ਪਰ ਪੁਤਲਾ ਫੂਕਾ ਗਿਆ ਆਪਕਾ ਰਾਵਣ ਸ਼ੈਤਾਨ ਕਾ ਸਮਝੋ ਅਰੇ ਮਨ ਕੀ ਬਾਤ ਨਾ ਕਰੋ ਮਨ ਕੀ ਬਾਤ ਇਨਕੀ ਵੀ ਸੁਣ ਲਓ ਨਾਲੇ ਮਨ ਕੀ ਬਾਤ ਤੋਂ ਘਰ ਵਾਲੀ ਸੇ ਆਪਣੇ ਬੱਚੋਂ ਸੇ ਕੀ ਜਾਤੀ ਹੈ ਦੇਸ਼ ਸੇ ਮਨ ਕੀ ਬਾਤ ਬੱਚੇ ਸਮਝਦੇ ਹੋ ਨਾ ਜਾਂ ਆਪਣਾ ਪਰਿਵਾਰ ਸਮਝਦੇ ਹੋ ਤੋ ਫਿਰ ਇਨਕੀ ਬਾਤ ਆਪਨੇ ਯਾਦ ਰੱਖਣਾ ਧਨ ਕੀ ਪ੍ਰੋਬਲਮ ਹੈ ਮਾਲੂਮਾਤ ਹੈ ਅਗਰ ਇਹ ਕੇਸ ਤੁਸੀਂ ਹੱਥ ਜੋੜ ਕੇ ਆਉਣਾ ਚਾਹੀਦਾ ਅੱਗੇ ਆਪ ਕਿਉਂ ਨਹੀਂ ਆ ਰਹੇ ਕਭੀ ਕਿਸੇ ਕੋ
भेजते हो, कभी किसी को भेज, तुसी क्यों नहीं आते? आना पड़ेगा, आ जाओगे? ओए इनका इतना बड़ा दिल है ना, जे तुम्हारे नाम के नारे लगाने शुरू कर देंगे अगर झुक के आ जाओगे। झुकना पड़ेगा, झुकना मर्द की इंसान की पहचान होती है। अकड़ना, अकड़ के बैठना तो मुर्दों की पहचान होती है। जे अकड़ अकड़दा कौन? मुर्दा। जेड़ा झुकदा ना, गुरु नानक साहब ने कहा मिठत नीवी नानका गुण चंगियाइया तत। तुसी गुरु नानक साहब दा जिक्र करदे हो, तुसी जिक्र करदे हो गुरु गोबिंद सिंह साहब जी दा, तुसी गीता दा जिक्र कीता, उहदे विच ही महाराज ने कहा गुरु गोबिंद सिंह जी ने पाए गए जब ते तुमरे तब ते को आंख तरे नहीं आन बोआ। ओ नहीं आप तुसी पढ़िया ते इक सुनियो वचन मेरा, गुरु नानक देव जी दे आउण तो पहला हालात की सन? राजे शी मुकदम कुत्ते जाए जगाइन बैठे सुते, ये बाणी है। ते आज लोगों को ऐसा लग रहा है, सुन लो कोई नहीं बोलेगा, दिल से बोल दिया कानून वापस ले लो, अच्छे रहेंगे, देश के हित में रहेगा। वाहिगुरु जी का खालसा। दोस्तों आप देख सकते हैं कि कितना जोश है, जिदा तरसेम सिंह मोरावाली उन्होंने कहा कि जेडे यह कानून आ वो मोदी साहब नू वापस लेने पैणगे, केंद्र सरकार नू यह कानून वापस लेने पैणगे, क्योंकि पूरा पंजाब आ वो एकजुट हो गया। जे एकजुटता होगी तो असी कदे नहीं टुटांगे, यह दिल्ली दीआं सड़कां ते बैठे रहांगे जिन्ना चिर मोदी सरकार केंद्र सरकार अपने यह कानून वापस नहीं ले लैंदी। कैमरामैन हरमन दे नाल सरबजीत सिंह सिद्धू, सिंघू बॉर्डर दिल्ली, देखते रहो प्राइम एशिया टीवी, तुहाडा अपना तुहाडे लई। Huzzah!